ਜਿਹੜਾ ਬੰਦੀ ਸਿੰਘਾਂ ਦੇ ਉੱਤੇ ਬੋਲਿਆ, ਆ ਜਿਹੜਾ NSA ਲੱਗਾ, ਮੈਂ ਉਦੋਂ ਵੀ ਇਹ ਗੱਲ ਕਹੀ, ਮੈਂ ਕਿਹਾ ਯਾਰ ਮੈਨੂੰ ਕਈ ਵਾਰ ਤਾਂ ਤਰਸ ਆਉਂਦਾ ਹੈ ਕਿ ਇਹੋ ਜਿਹੀਆਂ ਸਰਕਾਰਾਂ ਬਣ ਗਈਆਂ। ਪਹਿਲਾਂ ਜਦੋਂ ਗੋਰਿਆਂ ਦਾ ਰਾਜ ਸੀ ਅਤੇ ਗੋਰਿਆਂ ਦੇ ਰਾਜ ਦੇ ਵਿੱਚ ਜਦੋਂ ਕੋਈ ਮਾੜਾ ਮੋਟਾ ਕੋਈ ਸਿੱਖ ਭਰਾ ਕੋਈ ਸਿਰ ਚੁੱਕਦਾ ਸੀ ਨੌਜਵਾਨ ਮੁੰਡਾ, ਤਾਂ ਉਹਨੂੰ ਭੇਜਿਆ ਜਾਂਦਾ ਸੀ ਕਾਲੇ ਪਾਣੀ ਦੀ ਜੇਲ੍ਹ, ਕਾਲੇ ਪਾਣੀ ਭੇਜਿਆ ਜਾਂਦਾ ਸੀ। ਔਰ ਜੇ ਹੁਣ ਕੋਈ ਕਹਿੰਦਾ ਕਿ ਗੁਰੂ ਦਾ ਸਿੱਖ ਬਣ ਜਾਓ, ਉਹਨੂੰ ਡਿਬਰੂਗੜ੍ਹ ਭੇਜਿਆ ਜਾਂਦਾ। ਗੱਲ ਇਹ ਆ ਕਿ ਉਹ ਲੜਾਈ ਲੜ ਰਹੇ ਆ ਸਿਰਫ ਆਪਦੀ, ਭਾਈ ਸਾਹਿਬ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਦਾ ਕਿ ਜਿੰਨੇ ਸਿੰਘ ਤੁਹਾਡੇ ਨਾਲ ਨੇ, ਆ ਸਾਡਾ ਵੀਰ ਆ, ਮੇਰਾ ਭਰਾ ਹੈ ਲੌਰੀਆ ਭਰਾ ਹੈ ਬਾਜੇ ਕੇ, ਯਾਰ ਬਾਜੇ ਕੇ ਨੂੰ ਵੀ ਤੁਸੀਂ ਲੜਾਓ। ਹਾਂ ਉਹ ਥਾਪੀਆਂ ਮਾਰਦਾ ਹੁੰਦਾ ਸੀ ਬਿੱਟੂ ਦੇ ਮੁਕਾਬਲੇ, ਲੈ ਮੈਨੂੰ ਗਰੰਟੀ ਹੈ ਜੇ ਬਾਜੇ ਕੇ ਬਿੱਟੂ ਦੇ ਮੁਕਾਬਲੇ ਲੜੇ, ਉਹ ਹੋ ਸਕਦਾ ਕਿ ਵਧੀਆ ਵੋਟਾਂ ਲੈ ਕੇ ਜਾਵੇ, ਜਿੱਤੇ ਚਾਹੇ ਨਾ। ਪਰ ਇੱਕ ਰਾ ਬਿੱਟੂ ਨੂੰ ਤਾਂ ਬੰਦੇ ਦਾ ਪੁੱਤ ਬਣਾ ਦੂੰ ਨਾ ਵੇ, ਜਿਹੜਾ ਸਿੱਖਾਂ ਦੇ ਉਲਟ ਬੋਲਦਾ ਰਿਹਾ। ਮੈਂ ਉਦੋਂ ਵੀ ਕਹਿੰਦਾ ਸੀਗਾ ਕਿ ਬਿੱਟੂ ਦੇ ਪੱਗ ਜਿਹੜੀ ਆ ਉਹ ਨਕਲੀ ਪੱਗ ਰੱਖੀ ਹੈ, ਔਰ ਪੱਗ ਬੰਨ ਕੇ ਸਿੱਖਾਂ ਦੇ ਉਲਟ ਬੋਲਦਾ ਬਹੁਤ ਮਾੜੀ ਗੱਲ ਆ। ਉੱਤੇ ਪੱਗ ਸੀ, ਥੱਲੇ ਖਾਖੀ ਪਾਈ ਫਿਰਦਾ ਸੀ, ਅਤੇ ਲੋਕਾਂ 'ਚ ਹੁਣ ਖਾਖੀ ਪਾ ਕੇ ਆ ਗਿਆ। ਇਸ ਕਰਕੇ ਤੁਹਾਡਾ ਸਾਰਿਆਂ ਦਾ, ਮੀਡੀਆ ਦੇ ਸਾਥੀਆਂ ਦਾ ਔਰ ਸਾਰੇ ਤਨ ਤਨ ਵਾਸੀਆਂ ਦਾ ਮੈਂ ਧੰਨਵਾਦ ਕਰਦਾ। ਔਰ ਇਹ ਸ਼੍ਰੀ ਖਡੂਰ ਸਾਹਿਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਅੱਜ ਗੁਰੂ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਨਤਮਸਤਕ ਹੋਣਾ ਆ, ਔਰ ਇਹ ਵਿਸ਼ਵਾਸ ਦਿਵਾਉਂਦਾ ਕਿ ਤੁਹਾਡੀਆਂ ਜੋ ਮੰਗਾਂ ਨੇ, ਔਰ ਮੈਂ ਗੱਲ ਕਹਿੰਦਾ, ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਵੋਟਾਂ ਪਾਓ ਨਾ ਪਾਓ, ਪਰ ਇਹ ਤੁਸੀਂ ਵੇਖੋ ਕਿ ਇਹਨਾਂ ਚਾਰਾਂ ਦੇ ਵਿੱਚੋਂ ਸਾਡਾ ਮੁੱਦਾ, ਸਾਡੀ ਗੱਲ ਕਿਹੜਾ ਬੰਦਾ ਪਾਰਲੀਮੈਂਟ 'ਚ ਰੱਖ ਸਕਦਾ। ਜਸਵੀਰ ਸਿੰਘ ਡਿੰਪਾ ਦੀ ਟਿਕਟ ਕੱਟ ਕੇ ਤੁਹਾਨੂੰ ਟਿਕਟ ਮਿਲੀ ਹੈ, ਤਾਂ MP ਜਸਵੀਰ ਸਿੰਘ ਡਿੰਪਾ ਕੀ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ, ਔਰ ਜਿਹੜੇ ਕਾਂਗਰਸ ਦੇ ਦੂਸਰੇ ਬੰਦੇ ਆ ਗਏ ਜੀ ਨਾਲ? ਮੈਨੂੰ ਇੱਕ ਗੱਲ ਦੱਸੋ ਕਿ ਕੱਲ੍ਹ ਤੁਸੀਂ ਦੇਖਿਆ ਹੈ ਕਿ ਮੈਂ ਸ਼੍ਰੀ ਦਰਬਾਰ ਸਾਹਿਬ ਜਦੋਂ ਨਤਮਸਤਕ ਹੋਇਆ, ਦਰਗਾਨਾ ਮੰਦਰ ਗਿਆ, ਰਾਮ ਤੀਰਥ ਗਿਆ, ਮੈਨੂੰ ਇਹ ਗੱਲ ਦੱਸੋ ਕਿ ਕਿਹੜਾ ਨੌ ਹਲਕਿਆਂ 'ਚੋਂ ਜਿਹੜਾ ਬੰਦਾ ਸੀ ਜਿਹੜਾ ਨਹੀਂ ਸੀ ਹੈਗਾ? ਵਿਰੋਧੀ ਸਵਾਲ ਚੁੱਕਦੇ ਨੇ। ਮੈਂ ਨਾ, ਮੈਨੂੰ ਦੱਸੋ ਹੈਗਾ ਕਿਹੜਾ ਨਹੀਂ ਸੀ? ਵਿਰੋਧੀਆਂ ਦਾ ਤਾਂ ਕੰਮ ਕੀ ਹੈ? ਵਿਰੋਧੀਆਂ ਨੂੰ ਤਾਂ ਇਹ ਲੱਗਾ ਯਾਰ ਜੀਰੇ ਨੂੰ ਟਿਕਟ ਮਿਲ ਗਈ, ਵਿਰੋਧੀ ਤਾਂ ਇਹ ਵੀ ਕਹਿੰਦੇ ਜੀਰੇ ਦਾ ਕੱਦ ਨਿੱਕਾ। ਮੈਂ ਕਿਹਾ ਕੱਦ ਜ਼ਰੂਰ ਨਿੱਕਾ ਹੈ, ਪਰ ਬਿਕਰਮਜੀਤ ਮਜੀਠੀਏ ਦੇ ਮੈਂ ਕਿਹਾ ਸੁਪਨੇ 'ਚ ਆਉਂਦਾ, ਸੌਣ ਨਹੀਂ ਦਿੰਦਾ, ਪੁੜਕ ਪੁੜਕ ਕੇ ਮੰਜੇ ਤੋਂ ਵੱਜਦਾ। ਆਹ ਥੋੜ੍ਹੇ ਜਿਹੇ ਦਿਨ ਲੈਣ ਨੂੰ ਇਲੈਕਸ਼ਨ 'ਚ ਲਾ ਲੈਂਦੇ ਹੋ, ਜੇ ਵਿਰਸਾ ਵੀ ਮੰਜੇ ਤੋਂ ਨਾ ਡਿੱਗਿਆ ਤਾਂ ਮੈਨੂੰ ਵੀ ਕੁਲਬੀਰ ਜੀ ਰਾਣਾ ਕਿਹਾ ਜੀ। ਮੈਂ ਅੱਜ ਇਹ ਗੱਲ ਕਹਿਣੀ ਚਾਹੁੰਦਾ, ਕੋਈ ਇੱਕ ਵੀ MLA ਹੈਗਾ 92 ਦੇ ਵਿੱਚੋਂ ਜਿਹੜਾ ਜਾ ਕੇ ਭਗਵੰਤ ਮਾਨ ਨੂੰ ਇਹ ਕਹੇ ਕਿ ਇੱਥੇ ਨਸ਼ਾ ਵਿਕਦਾ? ਆ ਤੁਸੀਂ ਇਹ ਸਵਾਲ ਲਾਲਜੀਤ ਨੂੰ ਕਰ ਲਿਓ, ਲਾਲਜੀਤ ਨੇ ਕਹਿਣਾ ਨਸ਼ਾ ਹੈਗਾ ਹੀ ਨਹੀਂ ਗਾ, ਜਦੋਂ ਕਿ ਲਾਲਜੀਤ, ਮੈਂ ਗੱਲ ਕਹਿੰਦਾ ਲਾਲਜੀਤ ਦਾ ਜਿਹੜਾ ਹੈ ਡੋਪ ਟੈਸਟ ਹੋਣਾ ਚਾਹੀਦਾ। ਮੈਂ ਪਿੱਛੇ ਜੇ ਸੁਖਬੀਰ ਬਾਦਲ ਦਾ ਕਿਹਾ ਸੀ ਨਾ ਡੋਪ ਟੈਸਟ ਹੋਣਾ ਚਾਹੀਦਾ, ਜਦੋਂ ਜੀਰੇ ਆਇਆ ਸੀ ਤਾਂ ਮੈਂ ਕਿਹਾ ਸੀ ਡੋਪ ਟੈਸਟ, ਅਜੇ ਤੱਕ ਸੁਖਬੀਰ ਬਾਦਲ ਨੇ ਆਪਦਾ ਡੋਪ ਟੈਸਟ ਨਹੀਂ ਕਰਾਇਆ। ਅਤੇ ਮੈਂ ਇਹ ਗੱਲ ਕਹਿੰਦਾ ਕਿ ਲਾਲਜੀਤ ਸਿੰਘ ਜੀ, ਜੇ ਪੰਥਕ ਹਲਕਾ ਹੈ, ਪਹਿਲੀ ਗੱਲ ਚਿਹਰਾ ਮੋਹਰਾ ਤਾਂ ਪੰਥਕ ਬਣਾ ਲਾ। ਮੈਨੂੰ ਤਾਂ ਕੱਲ੍ਹ ਕਿਸੇ ਨੇ ਦੱਸਿਆ ਕਿ ਜਿਹੜੀ ਪੱਗ ਆ ਉਹ ਵੀ ਨਹੀਂ ਇਹਨੂੰ ਆਪ ਨੂੰ ਬੰਨਣੀ ਆਉਂਦੀ। ਪੰਥਕ ਹਲਕੇ ਦੀ ਗੱਲ ਕੀਤੀ ਆ, ਅੰਮ੍ਰਿਤਪਾਲ ਜੀ ਵੀ ਇੱਥੇ ਨਾਮਜ਼ਦਗੀ ਭਰ ਚੁੱਕੇ ਜਾਂ ਉਹਨਾਂ ਵੀ ਗੱਲ ਨਾਮਜ਼ਦਗੀ ਭਰਨੀ ਹੈ ਤਾਂ ਕੀ ਕਰਨਾ? ਗੱਲ ਇਹ ਆ ਕਿ ਮੈਂ ਗੁਰੂ ਦੇ ਬਾਣੇ ਦਾ ਸਤਿਕਾਰ ਕਰਦਾ, ਔਰ ਜਿਹਦੇ ਨਾਂ ਨਾਲ ਭਾਈ ਸਾਹਿਬ ਲੱਗ ਜੇ ਅਤੇ ਮੈਂ ਤਾਂ ਵੈਸੇ ਹੀ ਸਤਿਕਾਰ ਕਰਦਾ। ਮੈਂ ਗੱਲ ਕਹਿਣੀ ਚਾਹੁੰਦਾ ਕਿ ਅੱਜ ਅਸੀਂ ਬਿਲਕੁਲ ਅਸੀਂ ਭਾਈ ਸਾਹਿਬ ਬਣ ਗਏ, ਪਰ ਮੈਂ ਗੱਲ ਕਹਿੰਦਾ ਕਿ ਮੇਰਾ ਪਰਿਵਾਰ ਜਿਹੜਾ ਹੈ, ਮੈਨੂੰ ਪਾਰਟੀ ਨੇ, ਕਾਂਗਰਸ ਪਾਰਟੀ ਨੇ ਤਾਂ ਟਿਕਟ ਦਿੱਤੀ ਹੈ ਕਿਉਂਕਿ ਚੀਰਾ ਪਰਿਵਾਰ ਇੱਕ ਪੰਥਕ ਪਰਿਵਾਰ ਆ। ਮੇਰੇ ਦਾਦਾ ਜੀ ਸਵਰਗਵਾਸੀ ਜਹਿਦਰ ਗੁਰਦੀਪ ਸਿੰਘ ਜੀ, ਉਹ 27 ਸਾਲ ਮੈਂਬਰ SGPC ਰਹੇ। ਮੇਰੇ ਪਿਤਾ ਜੀ ਜਹਿਦਰ ਇੰਦਰਜੀਤ ਸਿੰਘ ਜੀਰਾ, ਮੈਂ ਨਾ ਸਾਰਾ ਪੰਜਾਬ ਉਹਨਾਂ ਬਾਰੇ ਜਾਣਦਾ। ਸਾਡੇ ਤੋਂ ਵੱਡਾ ਪੰਥਕ ਪਰਿਵਾਰ ਕਿਹੜਾ? ਮੈਂ ਅੱਜ ਤੱਕ ਵੀ ਕੋਈ ਕਿਸੇ ਚੀਜ਼ ਦਾ, ਕੋਈ ਬੰਦਾ ਇਹ ਗੱਲ ਕਹਿ ਦੇ ਕਿ ਇਹ ਮੀਟ ਮੱਛੀ ਆਂਡਾ ਕੋਈ ਨਾ ਕੋਈ ਖਾਂਦਾ ਸੇਵਾ, ਅਤੇ ਇਹ ਮੇਰੇ ਹਿਸਾਬ ਨਾਲ ਜਿਹੜੇ ਆ ਲਾਲਜੀਤ ਭੁੱਲਰ ਗਏ ਆ, ਇਹਨਾਂ ਦਾ ਡੋਪ ਟੈਸਟ ਮੈਂ ਤਾਂ ਕਿਹਾ, ਮੈਨੂੰ ਪਤਾ ਲੱਗਾ ਕਿ ਇਹਨੇ ਨਸ਼ਾ ਮੁਕਤ ਪੰਜਾਬ ਕਿੱਥੋਂ ਕਰਨਾ, ਇਹ ਤਾਂ ਆਪ ਨਸ਼ਾ ਮੁਕਾਉਣ 'ਤੇ ਲੱਗਾ ਹੋਇਆ, ਇਹ ਮੈਨੂੰ ਲੱਗਦਾ ਚਲਾਉਂਦਾ ਕੰਮ।
ਬਲਟੋਵਾ ਯਾਰ, ਬਲਟੋਵਾ ਸਾਹਿਬ ਨੇ ਤਾਂ ਕਹਿਤਾ ਮੇਰੇ ਤੋਂ ਮਾੜਾ ਬੰਦਾ ਹੀ ਕੋਈ ਨਹੀਂ, ਤੇ ਤੁਸੀਂ ਅਜੇ ਵੀ ਬਲਟੋਵਾ ਸਾਹਿਬ ਬਾਰੇ ਪੁੱਛਦੇ ਹੋ? ਜਿਹੜੇ ਭਾਜਪਾ ਦੀ ਗੱਲ ਕਰਦੇ ਹੋ, ਭਾਜਪਾ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਉਹ ਭਾਜਪਾ ਵਾਲਿਆਂ ਨੂੰ ਹੁਣ ਤੁਸੀਂ ਦੱਸੋ ਕਿ ਆਪਾਂ ਪੰਥਕ ਹਲਕਾ ਕਹਿ ਕੇ ਅਤੇ ਨਿਕਰ ਵਾਲਿਆਂ ਨੂੰ ਵੋਟਾਂ ਪਾਵਾਂਗੇ? ਹਾਂ, ਲੋਕਾਂ ਨੂੰ ਝੂਠ ਬੋਲਿਆ। ਪਹਿਲਾਂ ਤਾਂ ਮੈਂ ਕਹਿੰਦਾ ਕਿ ਇਹਨਾਂ ਨੂੰ ਜਦੋਂ ਇਹ ਵੋਟਾਂ ਮੰਗਣ ਆਉਂਦੇ, ਇਹਨਾਂ ਨੂੰ ਪੁੱਛੋ ਕਿ ਬਾਈ 15-15 ਲੱਖ ਰੁਪਈਆ ਜਿਹੜਾ ਤੁਸੀਂ ਕਿਹਾ ਸੀਗਾ ਉਹ ਕਿੱਥੇ ਆ? ਉਹ 15-15 ਲੱਖ ਮਿਲ ਗਿਆ? ਜੇ ਤਾਂ 15 ਲੱਖ ਰੁਪਈਆ ਮਿਲ ਗਿਆ ਤਾਂ ਆਪਣਾ ਫਰਜ਼ ਬਣਦਾ ਆਪਾਂ ਇਹਨਾਂ ਨੂੰ ਵੋਟਾਂ ਪਾ ਦੇਈਏ, ਅਤੇ ਨਹੀਂ ਤਾਂ ਇਹਨਾਂ ਨੂੰ ਆਪਾਂ ਚੱਲਦੇ ਕਰੀਏ।